ਸੋ ਬੇਟਾ ਆਪਾਂ ਐਡਵਾਂਟੇਜ ਤੇ ਡਿਸਐਡਵਾਂਟੇਜ ਪੜਾਂਗੇ ਆਈਸੋਮੈਟ੍ਰਿਕ ਐਕਸਰਸਾਈਜ਼ ਦੇ ਤਿੰਨਾਂ ਦੇ ਠੀਕ ਆ ਸਭ ਤੋਂ ਪਹਿਲਾਂ ਐਡਵਾਂਟੇਜ ਐਡਵਾਂਟੇਜ ਹੁੰਦੇ ਫਾਇਦੇ ਸੋ ਤੁਸੀਂ ਬੁੱਕ ਤੋਂ ਬੇਟਾ ਵੇਖ ਲਿਓ ਹੁਣ ਆਪਣੇ ਕੋ ਕੱਲੀ-ਕੱਲੀ ਆਪਾਂ ਲਿਖਣ ਵਾਲਾ ਨਹੀਂ ਕੰਮ ਕਰਨਾ ਤੁਸੀਂ ਇਦਾਂ ਮੈਂ ਤੁਹਾਨੂੰ ਵਰਬਲੀ ਦੱਸ ਦੇਣਾ ਤੁਸੀਂ ਟੈਲੀ ਕਰ ਲਿਓ ਨਾਲ ਸੋ ਆਈਸੋਮੈਟ੍ਰਿਕ ਐਕਸਰਸਾਈਜ਼ ਦੇ ਐਡਵਾਂਟੇਜ ਆ ਕਿ ਇਹ ਬਹੁਤ ਇਹ ਕਨਸੈਪਟ ਬਣਾਉਣਾ ਬ੍ਰੇਨ ਦੇ ਵਿੱਚ ਕਿ ਇਹ ਬਹੁਤ ਮਤਲਬ ਸਾਨੂੰ ਕੋਈ ਇਕੁਇਪਮੈਂਟ ਨਹੀਂ ਚਾਹੀਦਾ ਠੀਕ ਹੈ ਕੋਈ ਬਲਬ ਸਾਨੂੰ ਕੋਈ ਸਪੈਸ਼ਲ ਇਕੁਪਮੈਂਟ ਦੀ ਜਰੂਰਤ ਨਹੀਂ ਹੁੰਦੀ ਆਪਾਂ ਕਿਤੇ ਵੀ ਇਹਨੂੰ ਪਰਫਾਰਮ ਕਰ ਸਕਦੇ ਆ ਆਈਸੋਮੈਟ੍ਰਿਕ ਐਕਸਰਸਾਈਜ਼ ਨੂੰ ਇਹ ਇਹਦਾ ਐਡਵਾਂਟੇਜ ਆ ਔਰ ਨੰਬਰ 2 ਦੂਸਰਾ ਐਡਵਾਂਟੇਜ ਦਾ ਇਹ ਆ ਕਿ ਇਹ ਆਪਣਾ ਆਪਾਂ ਕਿਤੇ ਵੀ ਨੂੰ ਕਿਤੇ ਵੀ ਕਰ ਸਕਦੇ ਆ ਆਪਣੇ ਰੂਮ ਦੇ ਵਿੱਚ ਈਵਨ ਆਪਣੇ ਰੂਮ ਦੇ ਵਿੱਚ ਇਹਨੂੰ ਪਰਫਾਰਮ ਕਰ ਸਕਦੇ ਆ ਉਸ ਤੋਂ ਬਾਅਦ ਇਹਦਾ ਇੱਕ ਇਹ ਐਡਵਾਂਟੇਜ ਆ ਕਿ ਆਪਾਂ ਆਪਣੀ ਬਾਡੀ ਨੂੰ ਵੀ ਇਹਦਾ ਰੈਜ਼ਿਸਟੈਂਸ ਬਣਾ ਸਕਦੇ ਆ ਨਾ ਪੁਸ਼-ਅਪ ਦੇ ਵਿੱਚ ਸਾਡੀ ਬਾਡੀ ਹੀ ਸਾਡਾ ਰੈਜ਼ਿਸਟੈਂਸ ਹੁੰਦੀ ਆ ਠੀਕ ਆ ਇਹਦੇ ਐਡਵਾਂਟੇਜ ਆ ਡਿਸਐਡਵਾਂਟੇਜ ਆ ਕਿ ਇੱਕ ਇੱਕ ਇਹਦਾ ਇਹ ਵੀ ਐਡਵਾਂਟੇਜ ਆ ਕਿ ਜਦੋਂ ਅਸੀਂ ਇੰਜਰਡ ਕਿਸੇ ਪਰਸਨ ਨੂੰ ਇੰਜਰੀ ਹੋਈ ਹੁੰਦੀ ਆ ਔਰ ਇੰਜਰੀ ਤੋਂ ਬਾਅਦ ਯੂ نو ਰੀਹੈਬਿਲੀਟੇਸ਼ਨ ਕਰਦਾ ਹੋ ਜਾਨੀ ਕਿ ਉਹ ਮਤਲਬ ਉਹਦੀ ਇੰਜਰੀ ਠੀਕ ਹੋ ਜਾਂਦੀ ਆ ਨੇ ਫਿਰ ਗੇਮ ਦੇ ਵਿੱਚ ਵਾਪਸ ਆਉਣਾ ਹੁੰਦਾ ਵਾ ਉਦੋਂ ਇਹ ਐਕਸਰਸਾਈਜ਼ ਬਹੁਤ ਲਾਭਦਾਇਕ ਹੁੰਦੀਆਂ ਵਾ ਤਾਂ ਜੋ ਅਸੀਂ ਹੌਲੀ-ਹੌਲੀ ਉਸ ਬਾਡੀ ਪਾਰਟ ਉੱਪਰ ਜਿਹਦੇ ਉੱਪਰ ਇੰਜਰੀ ਹੋਈ ਆ ਉਹਦੇ ਉੱਪਰ ਹੌਲੀ-ਹੌਲੀ weight ਪਾ ਕੇ ਉਸ ਇੰਜਰੀ ਦੇ ਉਸ ਇੰਜਰੀ ਪਾਰਟ ਨੂੰ ਸਟਰੈਂਥ ਦਈਏ ਉਸ ਸਟਰੈਂਥ ਤੋਂ ਬਾਅਦ ਗੇਮ ਦੇ ਵਿੱਚ ਵਾਪਸੀ ਹੋ ਜਾਈਏ ਸੋ ਰੀਹੈਬਿਲਿਟੇਸ਼ਨ ਵਾਸਤੇ ਬਹੁਤ ਜ਼ਿਆਦਾ ਲਾਭਦਾਇਕ ਹੈ ਇਹ ਐਕਸਰਸਾਈਜ਼ ਇਹ ਤਿੰਨ ਚਾਰ ਇਹ ਫਾਇਦੇ ਹੋਗੇ ਨੁਕਸਾਨ ਇਹਦੇ ਇਹ ਆ ਕਿ ਇਹ ਬਹੁਤ ਜ਼ਿਆਦਾ ਬੋਰਿੰਗ ਆ ਸਿਰਫ ਇੱਕ ਜਿੱਥੇ ਆਪਾਂ ਆਪਾਂ ਮਨ ਲਓ ਜਿਹੜੇ ਪਾਰਟ ਦੇ ਉੱਪਰ ਇਹਨੂੰ ਕਰਾਂਗੇ ਇੱਕ ਪਾਰਟਿਕੂਲਰ ਪਾਰ ਦੇ ਮਤਲਬ ਅਸੀਂ ਆਮ ਦੀ ਕਰ ਰਹੇ ਹਾਂ ਤੇ ਉਸ ਆਮ ਨੂੰ ਹੀ ਮਤਲਬ ਬੈਨੀਫਿਟ ਹੁੰਦਾ ਵਾ ਇਹ ਇਹ ਦੂਸਰੇ ਹੋਲ ਬਾਡੀ ਨੂੰ ਨਹੀਂ ਹੁੰਦਾ ਔਰ ਇੱਕ ਉਹਦੀਆਂ ਇਹਦੀਆਂ ਇਹ ਆ ਕਿ ਆਈਸੋਮੈਟ੍ਰਿਕ ਐਕਸਰਸਾਈਜ਼ ਸਟੈਟਿਕ ਸਟਰੈਂਥ ਬਹੁਤ ਘੱਟ ਇਵੈਂਟ ਵਿੱਚ ਯੂਜ਼ ਹੁੰਦੀ ਆ ਸੋ ਇਹਦਾ ਬਹੁਤ ਜ਼ਿਆਦੀਆਂ ਗੇਮ ਦੇ ਵਿੱਚ ਸਾਨੂੰ ਫਾਇਦਾ ਨਹੀਂ ਹੁੰਦਾ ਬਹੁਤ ਘੱਟ ਗੇਮ ਦੇ ਵਿੱਚ ਇਹ ਆਈਸੋਮੈਟ੍ਰਿਕ ਐਕਸਰਸਾਈਜ਼ਾਂ ਦੀ ਜਰੂਰਤ ਹੁੰਦੀ ਆ ਕਿਉਂਕਿ ਆਪਾਂ ਪੜਿਆ ਨਾ ਸਟੈਟਿਕ ਸਟਰੈਂਥ ਜਿਹੜੀ ਆ ਬਹੁਤ ਘੱਟ ਗੇਮਸ ਵਿੱਚ ਯੂਜ਼ ਹੁੰਦੀ ਆ ਸੋ ਇਹਦਾ ਸਾਨੂੰ ਬਹੁਤ ਜ਼ਿਆਦਾ ਜ਼ਿਆਦਾ ਆਲ ਓਵਰ ਨਹੀਂ ਫਾਇਦਾ ਮਿਲਦਾ ਠੀਕ ਹੈ ਇਹ ਇਹ ਦੇ ਡਿਸਐਡਵਾਂਟੇਜ ਆ ਔਰ ਆਈਸੋਟੋਨਿਕ ਦੇ ਐਡਵਾਂਟੇਜ ਕਿਹੜੇ ਆ ਆਈਸੋਟੋਨਿਕ ਦੇ ਐਡਵਾਂਟੇਜ ਜਿਵੇਂ ਇਹ ਬੋਰਿੰਗ ਨਹੀਂ ਆ ਬਹੁਤ ਇਹਨੂੰ ਜਿਵੇਂ ਆਪਾਂ ਨੂੰ ਜਿਵੇਂ ਮਨੋਰੰਜਨ ਹੁੰਦਾ ਇਹਨੂੰ ਆਪਾਂ ਕਰਦੇ ਆ ਔਰ ਇਹਦੇ ਨਾਲ ਅਸੀਂ ਆਪਣੀ ਬਾਡੀ ਦਾ ਜਿੱਥੋਂ ਜਿਹੜੇ ਪਾਰਟ ਦੀ ਵੀ ਚਾਹੀਏ ਉਹਦੀ ਸਟਰੈਂਥ ਨੂੰ ਕੀ ਆ ਡਿਵੈਲਪ ਕਰ ਸਕਦੇ ਆ ਇਨਕਰੀਜ਼ ਕਰ ਸਕਦੇ ਆ ਔਰ ਬਹੁਤ ਜਲਦੀ ਡਿਵੈਲਪ ਕਰ ਸਕਦੇ ਆ ਠੀਕ ਆ ਬਹੁਤ ਜਲਦੀ ਡਿਵੈਲਪ ਹੋ ਜਾਂਦੀ ਹੈ ਸਟਰੈਂਥ ਔਰ ਹੋਰ ਇਹਦੇ ਹੈਗੇ ਆਪਣੇ ਡਿਸਐਡਵਾਂਟੇਜ ਆਇਸੋਟੋਨਿਕ ਦੇ ਇਹ ਆ ਕਿ ਜੇ ਸਾਡੇ ਇੰਜਰੀ ਮੰਨ ਲਓ ਕਿਤੇ ਹੋਈ ਹੋਵੇ ਅਸੀਂ ਇਹ ਐਕਸਰਸਾਈਜ਼ ਕਰੀਏ ਤੇ ਸਾਡੇ ਜੋਇੰਟਸ ਦੇ ਉੱਪਰ ਔਰ ਸਾਡੇ ਜਿਹੜੇ ਆਪਣੇ ਬੋਨਸ ਵਗੈਰਾ ਦੇ ਉੱਪਰ ਬਹੁਤ ਜ਼ਿਆਦਾ ਵਜ਼ਨ ਦੇ ਨਾਲ ਜਿਵੇਂ ਡੰਬਲਸ ਵਗੈਰਾ ਚੁੱਕਣ ਦੇ ਨਾਲ ਕੀ ਆ ਉਹ ਇੰਜਰੀ ਫਿਰ ਫਿਰ ਤੋਂ ਹੋ ਸਕਦੀ ਆ ਔਰ ਹੋਰ ਇਹਦੇ ਡਿਸਐਡਵਾਂਟੇਜ ਇਹ ਆ ਕਿ ਜੇ ਸਾਡੇ ਕੋਲ ਡੰਬਲਸ ਵਗੈਰਾ ਹੋਣ ਤੇ ਤਾਂ ਹੀ ਇਹਨੂੰ ਕਰ ਸਕਦੇ ਆ ਨਹੀਂ ਤੇ ਇਹਨੂੰ ਪਰਫਾਰਮ ਨਹੀਂ ਕਰ ਸਕਦੇ ਇਹੋ ਹੀ ਆ ਜਨੂਅਲ ਗੱਲਾਂ ਠੀਕ ਆ ਸੋ ਆਈਸੋਕਨੇਟਿਕ ਦੇ ਅੱਗੇ ਐਡਵਾਂਟੇਜ ਆਗੇ ਆਈਸੋਕਨੇਟਿਕ ਦੇ ਐਡਵਾਂਟੇਜ ਆ ਕਿ ਇਹਦੇ ਵਿੱਚ ਸਾਨੂੰ ਮਤਲਬ ਸਟਰੈਂਥ ਇੰਡੋਰੈਂਸ ਜਿਹੜੀ ਸਾਡੀ ਆ ਇਹ ਬਹੁਤ ਜਲਦੀ ਡਿਵੈਲਪ ਕਰਨ ਦਾ ਮੌਕਾ ਮਿਲਦਾ ਜੇ ਸਾਨੂੰ ਬਹੁਤ ਜਲਦੀ ਡਿਵੈਲਪ ਕਰਨੀ ਹੈ ਨਾ ਸਾਡੀ ਸਟਰੈਂਥ ਇੰਡੋਰੈਂਸ ਇਹ ਐਕਸਰਸਾਈਜ਼ਾਂ ਸਾਨੂੰ ਬਹੁਤ ਬੈਨੀਫੀਸ਼ੀਅਲ ਹੈ ਇਹ ਐਡਵਾਂਟੇਜ ਆ ਔਰ ਉਸ ਤੋਂ ਬਾਅਦ ਇਹਦਾ ਇੱਕ ਹੋਰ ਐਡਵਾਂਟੇਜ ਆ ਕਿ ਆਪਣਾ ਇੱਕ ਦੇ ਸਟਰੈਂਥ ਇੰਡੋਰੈਂਸ ਬਹੁਤ ਜਲਦੀ ਡਿਵੈਲਪ ਹੋ ਜਾਂਦੀ ਆ ਔਰ ਹੋਰ ਇਹਦਾ ਮਤਲਬ ਇਹਨੂੰ ਵੀ ਇੰਜੋਏ ਬਹੁਤ ਕਰੀਦਾ ਜਿਵੇਂ ਵਧੀਆ ਲੱਗਦੀ ਜਿਨੂੰ ਆਪਾਂ ਕੋਈ ਸਾਈਕਲਿੰਗ ਵਗੈਰਾ ਕਰਦੇ ਆ ਔਰ ਨੇਚਰ ਦੇ ਨਾਲ ਮਤਲਬ ਇਹ ਇਹ ਦੋ ਪੁਆਇੰਟ ਕਰ ਲੋ ਐਡਵਾਂਟੇਜ ਔਰ ਡਿਸਐਡਵਾਂਟੇਜ ਇਹ ਆ ਕਿ ਸਪੈਸ਼ਲ ਇਕੁਪਮੈਂਟ ਬਹੁਤ ਜ਼ਿਆਦਾ ਜਿਹੜੇ ਮਤਲਬ ਮਹਿੰਗੇ ਇਕੁਪਮੈਂਟ ਚਾਹੀਦੇ ਆ ਸੋ ਇਸ ਕਰਕੇ ਬਹੁਤ ਜ਼ਿਆਦਾ ਸਾਰੇ ਮਤਲਬ ਪਲੇਅਰ ਜਿਹਨੂੰ ਨਹੀਂ ਕਰ ਸਕਦੇ ਔਰ ਨੇਚਰ ਦੇ ਵਿੱਚ ਇਹ ਬਹੁਤ ਜ਼ਿਆਦਾ ਕੀ ਆ ਥਕਾਵਟ ਭਰੀਆਂ ਯਾਨੀ ਕਿ ਜੇ ਆਪਾਂ ਜ਼ਿਆਦਾ ਸਾਈਕਲਿੰਗ ਕਰਾਂਗੇ ਯਾ ਜ਼ਿਆਦਾ ਟਰੈਡਮਿਲ ਕਰਾਂਗੇ ਉਹਦੇ ਵਿੱਚ ਅਸੀਂ ਅਗਲੇ ਦਿਨ ਜਾਂ ਦੋ ਦਿਨ ਤਿੰਨ ਦਿਨ ਥੱਕੇ ਰਵਾਂਗੇ ਠੀਕ ਆ ਔਰ ਇੱਕ ਇਹ ਆ ਕਿ ਕਿਸੇ ਕੋਚ ਦੀ ਜਾਂ ਕਿਸੇ ਵਧੀਆ ਕੋਚ ਦੀ ਆਬਜ਼ਰਵੇਸ਼ਨ ਦੇ ਵਿੱਚ ਹੀ ਕਰਨੀ ਚਾਹੀਦੀਆਂ ਵਾ ਨੇ ਤੇ ਸਾਡੇ ਗੋਡੇ ਵਗੈਰਾ ਨੀ ਵਗੈਰਾ ਕੀ ਆ ਖਰਾਬ ਹੋ ਸਕਦੇ ਆ ਇਹ ਇਹਦੇ ਡਿਸਐਡਵਾਂਟੇਜ ਆ ਸੋ ਬੁੱਕ ਤੋਂ ਪੜ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਸੋ ਇਹ ਆਪਾਂ ਅੱਜ ਸਟਰੈਂਥ ਨੂੰ ਡਿਵੈਲਪ ਕਰਨ ਦੇ ਤਿੰਨ